ਕਿ ਅੱਜ ਏਐਸ ਕਾਲਜ ਸਮਰਾਲਾ ਰੋਡ ਖੰਨਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉਪਲਕਸ਼ ਦੇ ਵਿੱਚ ਸਾਂਝੀਵਾਲਤਾ ਦਿਵਸ ਮਨਾਇਆ ਜਾ ਰਿਹਾ ਹੈ। ਜਿੱਦਾਂ ਕਿ ਅੱਜ ਏਐਸ ਕਾਲਜ ਸਮਰਾਲਾ ਰੋਡ ਖੰਨਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉਪਲਕਸ਼ ਦੇ ਵਿੱਚ ਸਾਂਝੀਵਾਲਤਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਅੱਜ ਇੱਥੇ ਵਿਸ਼ੇਸ਼ ਰੂਪ ਨਾਲ ਪਧਾਰੇ ਹੋਏ ਨੇ ਡਾਕਟਰ ਸੁਰਜੀਤ ਜੀ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਤੋਂ ਪੰਜਾਬੀ ਡਿਪਾਰਟਮੈਂਟ ਤੋਂ ਆਏ ਨੇ। ਡਾਕਟਰ ਸਾਹਿਬ ਅੱਜ ਕੀ ਮੈਸੇਜ ਦੇਣਾ ਚਾਹੋਗੇ ਇਸ ਦਿਹਾੜੇ ਤੇ? ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਉੱਪਰ ਇਸ ਕਾਲਜ ਵੱਲੋਂ ਜਿਹੜਾ ਸਾਂਝੀਵਾਲਤਾ ਦਿਵਸ ਮਨਾਇਆ ਜਾ ਰਿਹਾ, ਪਹਿਲੀ ਗੱਲ ਤਾਂ ਇਹੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਉੱਦਮ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਯਾਦ ਕਰਨਾ ਅਕਾਦਮਿਕ ਤੌਰ 'ਤੇ ਸਿੱਖਿਆ ਦੇ ਖੇਤਰ ਦੇ ਵਿੱਚ ਸਮਾਜਿਕ ਪੱਧਰ ਦੇ ਉੱਪਰ ਜਿਹੜੀ ਉਹਨਾਂ ਦਾ ਯੋਗਦਾਨ ਆ ਉਸ ਹਵਾਲੇ ਨਾਲ ਯਾਦ ਕਰਨਾ ਇੱਕ ਵੱਡੀ ਗੱਲ ਹੈ। ਇਸ ਗੱਲ ਕਰਕੇ ਇਹ ਕਾਲਜ ਵਧਾਈ ਦਾ ਹੱਕਦਾਰ ਹੈ। ਦੂਸਰੀ ਗੱਲ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਸੁਨੇਹਾ ਹੈ ਉਹ ਸੰਵਾਦ ਦਾ ਸੁਨੇਹਾ ਹੈ, ਦੂਜੇ ਨੂੰ ਸੁਣਨ ਦਾ, ਦੂਜੇ ਨੂੰ ਸਮਝਣ ਦਾ ਅਤੇ ਦੂਜੇ ਤੋਂ ਕੁਝ ਹਾਸਲ ਕਰਨ ਦਾ ਸੁਨੇਹਾ ਅਤੇ ਆਦਾਨ ਪ੍ਰਦਾਨ ਕਰਨ ਦਾ ਸੁਨੇਹਾ ਹੈ।
ਤੇ ਗਿਆਨ ਦੇ ਰਸਤੇ ਉੱਪਰ ਅਸੀਂ ਅੱਗੇ ਤਾਂ ਹੀ ਤੁਰ ਸਕਦੇ ਹਾਂ ਜੇ ਅਸੀਂ ਗਿਆਨ ਦੂਸਰੀਆਂ ਥਾਵਾਂ ਤੋਂ ਲੈ ਸਕਦੇ ਹੋਈਏ ਤੇ ਦੂਜਿਆਂ ਨੂੰ ਸਵੀਕਾਰ ਕਰ ਸਕਦੇ ਹੋਈਏ। ਅੱਜ ਦੀ ਸਥਿਤੀ ਦੇ ਵਿੱਚ ਜਦੋਂ ਅਸੀਂ ਦੂਜਿਆਂ ਨੂੰ ਸਵੀਕਾਰ ਘੱਟ ਕਰ ਰਹੇ ਹਾਂ, ਜਾਤ ਪਾਤ ਦੇ ਧਾਰਮਿਕ ਜਿਹੜੇ ਸੰਪਰਦਾਇਕ ਬਖੇੜੇ ਨੇ ਉਹ ਦਿਨੋ ਦਿਨ ਵੱਧ ਰਹੇ ਨੇ, ਉਸ ਸੂਰਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਦੂਜੇ ਨੂੰ ਸੁਣਨ ਦਾ, ਦੂਜੇ ਨੂੰ ਸਮਝਣ ਦਾ, ਦੂਜੇ ਤੱਕ ਪਹੁੰਚਣ ਦਾ ਅਤੇ ਦੂਜੇ ਤੋਂ ਕੁਝ ਪ੍ਰਾਪਤ ਕਰਨ ਦਾ ਅਤੇ ਉਸ ਨੂੰ ਕੁਝ ਦੇਣ ਦਾ ਜਿਹੜਾ ਸੁਨੇਹਾ ਹੋਏਗਾ, ਉਹ ਮੇਰੇ ਖਿਆਲ ਸਾਨੂੰ ਸਭ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ। ਇਹੀ ਸਭ ਤੋਂ ਵੱਡਾ ਗੁਰੂ ਨਾਨਕ ਮਿਸ਼ਨ ਦਾ ਵੱਡਾ ਜਿਹੜਾ ਸੁਨੇਹਾ ਇਹੀ ਹੈ। ਜਿੱਦਾਂ ਆਪਾਂ ਜਾਣਦੇ ਹਾਂ ਕਿ ਭਾਸ਼ਾ ਇੱਕ ਸੰਵਾਦ ਦਾ ਬਹੁਤ ਬੜਾ ਮਾਧਿਅਮ ਹੈ, ਪੰਜਾਬੀ ਭਾਸ਼ਾ ਨੂੰ ਤੁਸੀਂ ਕਿਸ ਰੂਪ 'ਚ ਦੇਖਦੇ ਹੋ? ਮੈਂ ਆਪਣੇ ਭਾਸ਼ਣ 'ਚ ਵੀ ਇਹ ਗੱਲ ਕਹੀ ਆ ਕਿ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਭਾਸ਼ਾ ਨੂੰ ਗਿਆਨ ਦੇ ਮਾਧਿਅਮ ਦੇ ਰੂਪ ਦੇ ਵਿੱਚ ਕਲਪਿਆ ਸੀ, ਤਸੱਵਰ ਕੀਤਾ ਸੀ ਕਿ ਆਮ ਲੋਕਾਂ ਤੱਕ ਜੇ ਤੁਸੀਂ ਗਿਆਨ ਨੂੰ ਪਹੁੰਚਾਉਣਾ ਤਾਂ ਪੰਜਾਬੀ ਭਾਸ਼ਾ ਦੇ ਰਾਹੀਂ ਪਹੁੰਚਾ ਸਕਦੇ ਹੋ। ਅਤੇ ਜਿਹੜੀ ਜਿੰਨੀਆਂ ਭਾਸ਼ਾਵਾਂ ਦੁਨੀਆ ਦੇ ਵਿੱਚ ਲਚਕੀਲੀਆਂ ਭਾਸ਼ਾਵਾਂ ਨੇ, ਉਹਨਾਂ ਦੇ ਵਿੱਚ ਹੀ ਗਿਆਨ ਸਮੋ ਸਕਦਾ, ਉਹਨਾਂ ਦੇ ਰਾਹੀਂ ਹੀ ਗਿਆਨ ਦਾ ਸੰਚਾਰ ਹੋ ਸਕਦਾ। ਅਤੇ ਜਦੋਂ ਅਸੀਂ ਭਾਸ਼ਾਵਾਂ ਨੂੰ ਬੰਦ ਕਰ ਦਿੰਦੇ ਹਾਂ, ਸ਼ਬਦਾਂ ਦਾ ਆਦਾਨ ਪ੍ਰਦਾਨ ਰੋਕ ਦਿੰਦੇ ਹਾਂ, ਉਦੋਂ ਭਾਸ਼ਾਵਾਂ ਮਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਭਾਸ਼ਾ ਇਸ ਪੱਖੋਂ ਗਿਆਨ ਦੇ ਰਸਤੇ ਪਰ ਜਦੋਂ ਕੋਈ ਵੀ ਭਾਸ਼ਾ ਤੁਰਦੀ ਆ ਤਾਂ ਉਹ ਲਚਕੀਲੀ ਹੁੰਦੀ ਚਲੇ ਜਾਂਦੀ ਆ ਅਤੇ ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਆਪਣੇ 'ਚ ਅਪਣਾਉਂਦੀ ਚਲੇ ਜਾਂਦੀ ਹੈ। ਪੰਜਾਬੀ ਦੇ ਵਿੱਚ ਇਹ ਬਹੁਤ ਵੱਡੀ ਸਮਰੱਥਾ ਹੈ ਹੋਰਾਂ ਭਾਸ਼ਾਵਾਂ ਵਾਂਗ। ਪੰਜਾਬੀ ਬੇਸ਼ੱਕ ਕਦੇ ਕਦੇ ਮੂਲਵਾਦ ਦਾ, ਆਪਣੇ ਕਿਸਮ ਦੇ ਮੂਲਵਾਦ ਦਾ ਸ਼ਿਕਾਰ ਹੋ ਜਾਂਦੀ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹੋਰਾਂ ਭਾਸ਼ਾਵਾਂ ਤੋਂ ਕੋਈ ਸ਼ਬਦ ਅਸੀਂ ਨਹੀਂ ਲੈਣਾ ਤਾਂ ਅਸੀਂ ਪੰਜਾਬੀ ਦਾ ਰਸਤਾ ਬੰਦ ਕਰ ਰਹੇ ਹੁੰਦੇ। ਅੱਜ ਦੇ ਗਿਆਨ ਦੇ ਰਸਤੇ ਉੱਪਰ ਤੁਰਦਿਆਂ ਹੋਇਆਂ ਜੇ ਪੰਜਾਬੀ ਭਾਸ਼ਾ ਨੂੰ ਅਸੀਂ ਵਿਕਸਿਤ ਕਰਨਾ ਤਾਂ ਟੈਕਨੋਲੋਜੀ ਦੇ ਹਾਣ ਦਾ ਬਣਾਉਣਾ ਤਾਂ ਦੂਸਰੀਆਂ ਭਾਸ਼ਾਵਾਂ ਤੋਂ ਜਿੰਨੇ ਅਸੀਂ ਸ਼ਬਦ ਲਵਾਂਗੇ ਉਹਦੇ ਨਾਲ ਪੰਜਾਬੀ ਅਮੀਰ ਹੋਊਗੀ ਅਤੇ ਗਿਆਨ ਦਾ ਜਿਹੜਾ ਪ੍ਰਗਟਾਵਾ ਉਹਦੇ ਕਰਨ ਦੇ ਸਮਰੱਥ ਹੋ। ਡਾਕਟਰ ਸਾਹਿਬ, ਤੁਸੀਂ ਜਿੱਦਾਂ ਪਤਾ ਲੱਗਿਆ ਸਾਨੂੰ ਵੀ ਤੁਸੀਂ ਇਸ ਕਾਲਜ ਦੇ ਪੁਰਾਣੇ ਸਟੂਡੈਂਟ ਵੀ ਹੋ, ਹਾਂਜੀ, ਅੱਜ ਕਈ ਸਾਲਾਂ ਬਾਅਦ ਤੁਸੀਂ ਆਏ ਹੋ, ਕੈਸਾ ਲੱਗਿਆ ਤੁਹਾਨੂੰ? ਮੈਨੂੰ ਇਹ ਕਾਲਜ ਹਮੇਸ਼ਾ ਹੀ ਮੇਰੇ ਦਿਲ ਦੇ ਬਹੁਤ ਕਰੀਬ ਰਹਿੰਦਾ। ਮੈਂ ਇਹ ਗੱਲ ਕਹੀ ਸੀ ਕਿ ਜੋ ਕੁਛ ਮੈਂ ਹੁਣ ਤੱਕ ਬਣਿਆ ਇਸ ਕਾਲਜ ਦੀ ਬਦੌਲਤ ਆ। ਮੈਂ ਇੱਕ ਬਹੁਤ ਹੀ ਸਧਾਰਨ ਵਿਦਿਆਰਥੀ ਦੇ ਤੌਰ 'ਤੇ ਇਸ ਕਾਲਜ 'ਚ ਆਇਆ ਸੀ ਅਤੇ ਇੰਨੇ ਘੱਟ ਨੰਬਰ ਲੈ ਕੇ ਆਇਆ ਸੀਗਾ ਕਿ ਮੈਨੂੰ ਹਾਲੇ ਤੱਕ ਆਪਣੇ ਅਧਿਆਪਨ ਜੀਵਨ ਦੇ ਵਿੱਚ ਕੋਈ ਇੰਨੇ ਘੱਟ ਨੰਬਰਾਂ ਵਾਲਾ ਵਿਦਿਆਰਥੀ ਮਿਲਿਆ ਨਹੀਂ। ਪਰ ਮੈਂ ਜਦੋਂ ਗਿਆ ਸੀਗਾ ਤਾਂ ਮੈਂ ਮੈਰਿਟ ਦੇ ਵਿੱਚ ਸੀ ਤਾਂ ਇਸ ਕਾਲਜ ਨੇ 3 ਸਾਲਾਂ ਦੇ ਵਿੱਚ ਮੇਰਾ ਕਾਇਆ ਕਲਪ ਕਰਤਾ ਅਤੇ ਮੈਨੂੰ ਜੀਵਨ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਇਸ ਕਾਲਜ ਨੇ ਪ੍ਰਦਾਨ ਕੀਤੀਆਂ ਨੇ। ਜੋ ਕੁਝ ਵੀ ਮੈਨੂੰ ਅੱਜ ਚੰਗਾ ਆਉਂਦਾ ਉਹ ਇਸ ਕਾਲਜ ਦੀ ਬਦੌਲਤ, ਇਸ ਕਾਲਜ ਦੇ ਅਧਿਆਪਕਾਂ ਦੀ ਬਦੌਲਤ ਹੈ ਅਤੇ ਮੈਂ ਅੱਜ ਉਹਨਾਂ ਨੂੰ ਯਾਦ ਕਰਦਾ ਅਤੇ ਉਹਨਾਂ ਨੂੰ ਪ੍ਰਣਾਮ ਕਰਦਾ। ਮੇਰੇ ਨਾਲ ਉਪਸਥਿਤ ਨੇ ਸ਼੍ਰੀ ਵਿਜੇ ਸ਼ਰਮਾ ਜੀ, ਜਿਹੜੇ ਕਿ ਜਨਰਲ ਸੈਕਟਰੀ ਨੇ AS ਮੈਨੇਜਮੈਂਟ ਐਂਡ ਟਰੱਸਟ ਦੇ। ਸ਼ਰਮਾ ਜੀ, ਅੱਜ ਦੇ ਇਸ ਦਿਹਾੜੇ 'ਤੇ ਕੀ ਸੰਦੇਸ਼ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਕਾਲਜ ਨੂੰ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ 'ਤੇ ਜਨਮ ਦਿਨ 'ਤੇ ਲੱਖ ਲੱਖ ਵਧਾਈ ਦਿੰਦਾ। ਔਰ ਅੱਜ ਦਾ ਜੋ ਇਹ ਉਪਰਾਲਾ ਹੈ, ਮੈਨੂੰ ਪਤਾ ਲੱਗਿਆ ਵੀ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬ ਹਰੇਕ ਸਾਲ ਹੀ ਸਟੂਡੈਂਟਸ ਦੀ ਔਰ ਟੀਚਰ ਦੀ ਕੋਆਪਰੇਸ਼ਨ ਨਾਲ ਹਰੇਕ ਸਾਲ ਹੀ ਦਿਹਾੜਾ ਮਨਾਉਂਦੇ ਆ, ਜਿਹੜਾ ਕਿ ਬਹੁਤ ਇੱਕ ਸ਼ਲਾਘਾਯੋਗ ਕਦਮ ਹੈ ਔਰ ਬਹੁਤ ਵਧੀਆ ਗੱਲ ਹੈ। ਇੱਕ ਤਾਂ ਇਹਦੇ ਨਾਲ ਆਪਸੀ ਭਾਈਚਾਰਾ, ਬੱਚੇ ਆਪਸ 'ਚ ਬੈਠ ਕੇ ਇੱਕ ਦੂਜੇ ਨੂੰ ਸਮਝਦੇ ਆ, ਟੀਚਰ ਦਾ ਔਰ ਸਟੂਡੈਂਟ ਦਾ ਜੋ ਗੈਪ ਹੈ ਉਹ ਘੱਟਦਾ ਇਹਦੇ ਨਾਲ, ਔਰ ਗੁਰੂ ਨਾਨਕ ਦੇਵ ਜੀ ਨੂੰ ਹਰੇਕ ਸਾਲ ਯਾਦ ਕਰਦੇ ਆ। ਇਹ ਬਹੁਤ ਵਧਾਈ ਦੇ ਪਾਤਰ ਹੈ। ਮੈਂ ਦੁਬਾਰਾ ਫਿਰ ਸਾਰਿਆਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ। ਧੰਨਵਾਦ। ਹਾਂ, ਮੇਰੇ ਨਾਲ ਮੌਜੂਦ ਨੇ ਡਾਕਟਰ ਅਸ਼ਵਨੀ ਬਾਂਸਲ ਜੀ, ਜਿਹੜੇ ਕਿ ਐਕਸ ਪ੍ਰੈਜੀਡੈਂਟ ਨੇ AS ਮੈਨੇਜਮੈਂਟ ਟਰੱਸਟ ਦੇ। ਡਾਕਟਰ ਸਾਹਿਬ, ਜਿੱਦਾਂ ਕਿ ਅੱਜ ਦੇ ਨੌਜਵਾਨ ਨੇ ਜਿਹੜੇ ਆਪਾਂ ਦੇਖਦੇ ਹਾਂ ਵੀ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਕਈ ਪਾਸੇ ਕੁਛ ਨਸ਼ਿਆਂ ਵੱਲ ਹੋਰ ਵੀ ਕਈ ਪਾਸੇ ਚਲੇ ਜਾਂਦੇ ਆ, ਤਾਂ ਅੱਜ ਜਿੱਦਾਂ ਇਹਨਾਂ ਨੇ ਇੱਕ ਸਾਂਝੀਵਾਲਤਾ ਦਿਵਸ ਮਨਾਇਆ, ਕੀ ਕਹਿਣਾ ਚਾਹੋਗੇ? ਸਾਂਝੀਵਾਲਤਾ ਦਿਵਸ 'ਤੇ ਅੱਜ ਬਹੁਤ ਹੀ ਅੱਛਾ ਮੈਸੇਜ ਸਟੂਡੈਂਟਸ ਨੂੰ ਦਿੱਤਾ ਗਿਆ ਕਿ ਸਮਾਜ ਦੇ ਵਿੱਚ ਜਿਹੜੀ ਊਂਚ ਨੀਚ ਹੈ, ਜਿਹੜੀ ਜਾਤ ਪਾਤ ਹੈ, ਇਹਨੂੰ ਖਤਮ ਕਰਨਾ ਚਾਹੀਦਾ ਹੈ ਔਰ ਆਪਾਂ ਨੂੰ ਅੱਛੇ ਕੰਮਾਂ ਵੱਲ ਅਗਰਸਰ ਹੋਣਾ ਚਾਹੀਦਾ ਹੈ। ਜਿਹੜੇ ਨਸ਼ੇ ਹੈ ਪੰਜਾਬ ਦੇ ਵਿੱਚ, ਸਾਡੇ ਇੱਕ ਬਹੁਤ ਵੱਡੀ ਬਿਮਾਰੀ ਦਾ ਹੀ ਰੂਪ ਮੈਂ ਤਾਂ ਕਹੂੰਗਾ ਵੀ ਲੈ ਲਿਆ, ਉਹ ਤੋਂ ਬਚਣਾ ਚਾਹੀਦਾ ਔਰ ਇਸ ਤਰ੍ਹਾਂ ਨੂੰ ਬਚਣ ਵਾਸਤੇ ਇਸ ਤਰ੍ਹਾਂ ਦੇ ਫੰਕਸ਼ਨ ਹੈ ਜਿਹੜੇ ਬਹੁਤ ਅਹਿਮੀਅਤ ਰੱਖਦੇ ਹਨ। ਅਤੇ ਬਾਕੀ ਗੁਰੂ ਨਾਨਕ ਦੇਵ ਜੀ ਦੇ ਪਲ 'ਤੇ ਮੈਂ ਸਾਰੇ ਸਟੂਡੈਂਟਸ ਨੂੰ ਔਰ ਸਟਾਫ ਨੂੰ ਲੱਖ ਲੱਖ ਵਧਾਈਆਂ। ਮੇਰੇ ਨਾਲ ਉਪਸਥਿਤ ਨੇ ਸ਼੍ਰੀ ਬਿਪਨ ਦੇਵਗਨ ਜੀ, XMC ਔਰ ਇਸ ਕਾਲਜ ਦੇ ਸੈਕਟਰੀ। ਦੇਵਗਨ ਜੀ, ਅੱਜ ਸਾਂਝੀਵਾਲਤਾ ਦਿਵਸ 'ਤੇ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਤਾਂ ਸਾਂਝੀਵਾਲਤਾ ਦਿਵਸ ਦੇ ਉਪਲਕਸ਼ 'ਤੇ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਆਪਣੇ ਵੱਲੋਂ ਅਤੇ ਆਪਣੇ AS ਐਜੂਕੇਸ਼ਨ ਟਰੱਸਟ ਹੈ ਜੋ, ਉਹਦੇ ਵੱਲੋਂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ। ਇਹ ਜੋ ਉਪਰਾਲਾ ਅੱਜ ਹੋ ਰਿਹਾ, ਇਹ ਇੱਕ ਸਾਡਾ ਐਨੂਅਲ ਫੀਚਰ ਦੀ ਤਰ੍ਹਾਂ ਹੀ ਇਸ ਕਾਲਜ ਦੇ ਵਿੱਚ ਮਨਾਇਆ ਜਾਂਦਾ। ਉਸ ਦੇ ਵਿੱਚ ਸਾਰੇ ਹੀ ਬੱਚੇ ਆਪਣੇ ਲੈਵਲ 'ਤੇ ਸਾਰਾ ਕੁਝ ਜੋ ਵੀ ਅਰੇਂਜਮੈਂਟਸ ਕਰਦੇ ਨੇ ਉਹ ਆਪਣੇ ਲੈਵਲ 'ਤੇ ਹੀ ਕਰਦੇ ਨੇ, ਜਿਹਦੇ ਵਿੱਚ ਸਟਾਫ ਅਤੇ ਬੱਚੇ ਅਤੇ ਪ੍ਰਿੰਸੀਪਲ ਸਾਹਿਬ ਮਿਲ ਕੇ ਸਾਰਾ ਹੀ
ਇਹ ਸਾਰਾ ਅਰੇਂਜਮੈਂਟ ਕਰਦੇ ਨੇ। ਇਸ ਦੇ ਵਿੱਚ ਮੈਨੇਜਮੈਂਟ ਤੋਂ ਇਹ ਕੋਈ ਵੀ ਉਹ ਨਹੀਂ ਕਰਦੇ, ਬਲਕਿ ਮੈਨੇਜਮੈਂਟ ਨੂੰ ਇੱਕ ਗੈਸਟ ਦੇ ਤੌਰ 'ਤੇ ਇੱਥੇ ਬੁਲਾਉਂਦੇ ਨੇ। ਇਹ ਜੋ ਸਾਂਝੀਵਾਲਤਾ ਦਿਵਸ ਮਨਾਇਆ ਜਾਂਦਾ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉਪਲਕਸ਼ 'ਚ ਮਨਾਇਆ ਜਾਂਦਾ। ਇਹ ਬੱਚਿਆਂ ਨੂੰ ਸੰਦੇਸ਼ ਮਿਲਦਾ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਹਿੰਦੂ ਸਿੱਖਾਂ ਦਾ ਸਾਂਝਾ ਗੁਰੂ ਵੀ ਕਿਹਾ ਜਾਂਦਾ, ਇਹ ਬੱਚਿਆਂ ਲਈ ਇੱਕ ਸੰਦੇਸ਼ ਹੈ ਕਿ ਜਿਵੇਂ ਉਹ ਸੱਚ ਦੇ ਰਾਹ 'ਤੇ ਚੱਲ ਕੇ ਦੁਨੀਆ ਨੂੰ, ਪੂਰੀ ਦੁਨੀਆ ਨੂੰ ਰਾਹ ਦਿਖਾਇਆ, ਅਤੇ ਉਹਨਾਂ ਦੇ ਰਾਹਾਂ 'ਤੇ ਚੱਲ ਕੇ ਤੁਸੀਂ ਕਿਵੇਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹੋ। ਸੋ ਮੈਂ ਇੱਕ ਵਾਰ ਸਾਰਿਆਂ ਨੂੰ, ਸਾਰੇ ਬੱਚਿਆਂ ਨੂੰ ਜਾਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਤੋਂ ਸਿੱਖਿਆ ਲੈ ਕੇ ਆਪਾਂ ਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਅਤੇ ਮੈਂ ਇੱਕ ਵਾਰ ਗੁਰਪੁਰਬ ਦੇ ਇਸ ਸ਼ੁਭ ਦਿਹਾੜੇ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ। ਉਪਸਥਿਤ ਨੇ ਡਾਕਟਰ ਆਰ ਐੱਸ ਝਾਂਜੀ ਜੀ, ਜਿਹੜੇ ਕਿ ਪ੍ਰਿੰਸੀਪਲ ਨੇ ਇਸ ਕਾਲਜ ਦੇ। ਝਾਂਜੀ ਸਾਹਿਬ, ਜਿੱਦਾਂ ਕਿ ਮੈਂ ਦੇਖਦਾ ਵੀ ਕਈ ਸਾਲਾਂ ਤੋਂ ਦੇਖ ਰਿਹਾ ਵੀ ਤੁਸੀਂ ਇਹ ਦਿਵਸ ਮਨਾਉਂਦੇ ਹੋ, ਇਹ ਦਿਵਸ ਮਨਾਉਣ ਦੇ ਪਿੱਛੇ ਤੁਹਾਡਾ ਕੀ ਮਕਸਦ ਹੈ? ਅਸੀਂ ਤਕਰੀਬਨ ਪਿਛਲੇ ਕੋਈ 17-18 ਸਾਲ ਤੋਂ ਸਾਂਝੀਵਾਲਤਾ ਦਿਵਸ ਅਸੀਂ ਮਨਾ ਰਹੇ ਹਾਂ। ਅਸੀਂ ਇਸ ਨੂੰ ਜਿਹੜਾ ਗੁਰਪੁਰਬ ਦੇ ਨਾਲ ਜੋੜਦੇ ਹਾਂ, ਕਿਉਂਕਿ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਮਜ਼ਹਬ ਦੇ ਕੋਈ ਪੀਰ ਪੈਗੰਬਰ ਗੁਰੂ ਨਹੀਂ ਸੀ, ਉਹ ਸਾਰੇ ਧਰਮਾਂ ਦੇ ਗੁਰੂ ਮੰਨੇ ਜਾਂਦੇ ਨੇ। ਔਰ ਅੱਜ ਦੀ ਜਿਹੜੀ ਦੌੜ ਹੈ, ਇਸ ਦੌੜ ਦੀ ਦੁਨੀਆ 'ਚ ਪੈਸੇ ਪਿੱਛੇ ਜੋ ਦੌੜ ਦੁਨੀਆ ਦੌੜੀ ਫਿਰਦੀ ਹੈ ਔਰ ਸਮਾਜਿਕ ਕੁਰਤੀਆਂ 'ਚ ਫਸੀ ਹੋਈ ਹੈ, ਤੋ ਅੱਜ ਦੇ ਨੌਜਵਾਨਾਂ ਨੂੰ ਜ਼ਰੂਰੀ ਹੈ ਕਿ ਸਹੀ ਦਿੱਤੀ ਜਾਵੇ ਇੱਕ। ਸੋ ਅਸੀਂ ਇਸ ਨੂੰ ਅਧਿਆਤਮਿਕ ਤੌਰ 'ਤੇ ਮਨਾਇਆ ਜਾਂਦਾ ਹੈ, ਅਤੇ ਅਸੀਂ ਉਸੇ ਤਰ੍ਹਾਂ ਸਾਰੇ ਵਿਦਿਆਰਥੀ ਜਿਹੜੇ ਮਿਲ ਕੇ, ਸਾਡੇ ਅਲੱਗ ਅਲੱਗ ਕਲੱਬ ਨੇ, NSS, NCC, ਯੂਥ ਸਰਵਿਸ ਕਲੱਬ, ਇਹ ਸਾਰੇ ਮਿਲ ਕੇ ਵਿਦਿਆਰਥੀ ਵਿਦਿਆਰਥਣਾਂ ਮਿਲ ਕੇ ਲੰਗਰ ਤਿਆਰ ਕਰਦੇ ਨੇ, ਲੰਗਰ ਦਾ ਪ੍ਰਬੰਧ ਕਰਦੇ ਨੇ ਔਰ ਕਲੈਕਸ਼ਨ ਵੀ ਕਰਦੇ ਨੇ ਔਰ ਸਰਵਣ ਵੀ ਕਰਦੇ ਨੇ, ਭਜਨ ਅਤੇ ਕੀਰਤਨ ਦੇ ਰੂਪ 'ਚ ਬੈਠ ਕੇ ਸੁਣਦੇ ਵੀ ਨੇ ਅਧਿਆਤਮਿਕ ਤੌਰ 'ਤੇ। ਔਰ ਅਸੀਂ ਹਰ ਸਾਲ ਕੋਈ ਨਾ ਕੋਈ ਵਿਦਵਾਨ, ਅਸੀਂ ਪੰਜਾਬੀ ਯੂਨੀਵਰਸਿਟੀ ਜਾਂ ਕਿਤੇ ਪੰਜਾਬ ਯੂਨੀਵਰਸਿਟੀ ਤੋਂ ਜਾਂ ਕੋਈ ਵੱਡੇ ਵਿਦਵਾਨ ਜਿਹੜੇ ਆਪਣੇ ਜਿਹੜੇ ਫੀਲਡ 'ਚ ਬੜੇ ਮਾਹਰ ਨੇ, ਉਹਨਾਂ ਨਾਲ ਰੂਬਰੂ ਵੀ ਕਰਾਉਂਦੇ ਅਸੀਂ ਵਿਦਿਆਰਥੀਆਂ ਦਾ, ਕਿਉਂਕਿ ਅੱਜ ਦੇ ਵਿਦਿਆਰਥੀ ਲਈ ਅੱਜ ਇਸ ਜਿਹੜੀ ਪੱਛਮ ਸੱਭਿਅਤਾ ਜਿਹੜੀ ਆ ਰਹੀ ਹੈ, ਜਿਹੜੀ ਸਮਾਜਿਕ ਕੁਰੀਤੀਆਂ ਵੱਧਦੀਆਂ ਜਾ ਰਹੀਆਂ ਨੇ, ਕਿ ਇਹ ਵਿਦਿਆਰਥੀਆਂ ਲਈ ਇੱਕ ਮੋਰਲ ਐਜੂਕੇਸ਼ਨ ਤੌਰ 'ਤੇ ਅਸੀਂ ਲੈਂਦੇ ਹਾਂ। ਅਸੀਂ ਇਹਨੂੰ, ਸਾਡਾ ਮੁੱਖ ਮੰਤਵ ਹੈ ਕਿ ਵਿਦਿਆਰਥੀਆਂ 'ਚ ਇਕੱਠੇ ਬੈਠ ਕੇ, ਇਕੱਠੇ ਪ੍ਰਬੰਧ ਕਰਕੇ, ਇੱਕ ਟੀਮ ਦੀ ਐਫਰਟ ਜਿਹੜਾ ਹੈਗਾ, ਕਿ ਉਹ ਚੀਜ਼ ਨੂੰ ਸਮਝਣ ਕੇ ਊਚ ਨੀਚ ਦਾ ਫਰਕ ਮਿਟਾਉਣ ਲਈ ਜਿਹੜਾ ਹੈਗਾ ਅਸੀਂ ਸਾਂਝੀਵਾਲਤਾ ਦਿਵਸ ਮਨਾਇਆ ਜਾਂਦਾ ਹੈ। ਅਸੀਂ ਪਿਓਰਲੀ ਅਧਿਆਤਮਿਕ ਐਜੂਕੇਸ਼ਨਲ ਐਂਗਲ ਤੋਂ ਇਹਨੂੰ ਮਨਾਇਆ ਜਾਂਦਾ ਹੈ। ਮੇਰੇ ਨਾਲ ਮੌਜੂਦ ਨੇ ਇਸ ਟਰੱਸਟ ਦੇ ਮੈਂਬਰ ਸ਼੍ਰੀ ਰਜਨੀਸ਼ ਬੇਦੀ ਜੀ। ਬੇਦੀ ਜੀ, ਜਿੱਦਾਂ ਕਿ ਅੱਜ ਇੱਥੇ ਸਾਂਝੀਵਾਲਤਾ ਦਿਵਸ ਮਨਾਇਆ ਗਿਆ, ਤਾਂ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਦਰਸ਼ਕਾਂ? ਇਸ ਕਾਲਜ ਦੀ ਬਹੁਤ ਵਧੀਆ ਪਰੰਪਰਾ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੋਂ ਇੱਕ ਦਿਨ ਪਹਿਲਾਂ ਅਸੀਂ ਹਰ ਸਾਲ ਸਾਂਝੀਵਾਲਤਾ ਦਿਵਸ ਮਨਾਉਂਦੇ ਹਾਂ। ਇਸ ਕਾਲਜ ਦੇ ਬੱਚੇ ਇਸ ਨੂੰ ਆਪਣੇ ਤੌਰ 'ਤੇ ਸਾਰਾ ਪ੍ਰਬੰਧ ਦੇਖਦੇ ਨੇ, ਸਾਰੇ ਇਸ ਕੰਮ ਦੀ ਜਿਸ ਤਰ੍ਹਾਂ ਵੀ ਉਹਨਾਂ ਨੂੰ ਜੋ ਵੀ ਮਾਇਕ ਵਿਵਸਥਾ ਦੀ ਜ਼ਰੂਰਤ ਪੈਂਦੀ ਉਹ ਆਪਣੇ ਵੱਲੋਂ ਆਪ ਇਕੱਠਾ ਕਰਦੇ ਨੇ ਔਰ ਇਹ ਬੱਚੇ ਇਸ ਵਧੀਆ ਢੰਗ ਦੇ ਨਾਲ ਆਸਥਾ ਦਾ ਇਹ ਦਿਵਸ ਜਿਹੜਾ ਹੈ ਇੰਨੇ ਵਧੀਆ ਢੰਗ ਨਾਲ ਮਨਾਉਂਦੇ ਆ ਰਹੇ ਨੇ ਔਰ ਇਹ ਪਰੰਪਰਾ ਪਿਛਲੇ 18 ਸਾਲ ਤੋਂ ਚੱਲਦੀ ਆ ਰਹੀ ਹੈ। ਮੈਂ ਇਸ ਕਾਲਜ ਦੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਉਹ ਸੱਚਮੁੱਚ ਵਧਾਈ ਦੇ ਪਾਤਰ ਨੇ ਕਿ ਉਹ ਇਹਨੂੰ ਇਸ ਢੰਗ ਨਾਲ ਮਨਾਉਂਦੇ ਆ ਰਹੇ ਨੇ ਔਰ ਅੱਜ ਦੇ ਦਿਨ ਇੱਥੋਂ ਸਾਂਝੀਵਾਲਤਾ ਦਿਵਸ ਦੇ ਉੱਤੇ ਜਿਹੜੀ ਸ਼ਿਕਸ਼ਾ ਲੈ ਕੇ ਜਾਂਦੇ ਨੇ, ਕਿਉਂਕਿ ਕੋਈ ਨਾ ਕੋਈ ਜਿਹੜਾ ਮੁੱਖ ਵਕਤਾ ਇਸ ਪ੍ਰੋਗਰਾਮ 'ਤੇ ਆਉਂਦਾ ਹੈ, ਉਹ ਸਾਨੂੰ ਇਸ ਜਾਤ ਪਾਤ ਤੋਂ, ਧਰਮਾਂ ਦੀ ਲੜਾਈ ਤੋਂ, ਵੱਖਵਾਦ ਤੋਂ, ਉੱਚੀ ਨੀਵੀਆਂ ਜੋ ਅੱਜ ਦੀਆਂ ਕੁਰੀਤੀਆਂ ਸਾਡੇ ਸਮਾਜ 'ਚ ਆ ਗਈਆਂ ਨੇ, ਉਸ ਤੋਂ ਦੂਰ ਕਰਨ ਦੀ ਪ੍ਰੇਰਣਾ ਦਿੰਦਾ ਔਰ ਅੱਜ ਦਾ ਦਿਨ ਇੱਕ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ, ਜਿਸ ਦੇ ਵਿੱਚ ਅੱਜ ਦੇ ਇਸ ਦਿਵਸ ਤੋਂ ਬਾਅਦ ਬੱਚੇ ਇੱਕ ਸੰਕਲਪ ਲੈ ਕੇ ਜਾਂਦੇ ਨੇ ਕਿ ਅਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਵੱਖਵਾਦ ਉਤਪੰਨ ਨਹੀਂ ਹੋਣ ਦੇਵਾਂਗੇ ਔਰ ਇਸ ਨੂੰ ਸਮਰਸਤਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਮਨਾ ਰਹੇ ਹਾਂ। ਜਿੱਦਾਂ ਕਿ ਅੱਜ ਇੱਥੇ ਬਹੁਤ ਹੀ ਅੱਛਾ ਲੰਗਰ ਚੱਲ ਰਿਹਾ ਹੈ ਔਰ ਮੇਰੇ ਨਾਲ ਮੌਜੂਦ ਨੇ ਉਹ ਸਟੂਡੈਂਟ ਜਿਹੜੇ ਕਿ ਇਸ ਲੰਗਰ ਦੀ ਵਿਵਸਥਾ ਨੂੰ ਦੇਖ ਰਹੇ ਨੇ, ਸੇਵਾ ਕਰ ਰਹੇ ਨੇ। ਕੀ ਨਾਂ ਤੁਹਾਡਾ? ਮੇਰਾ ਨਾਮ ਸ਼ਿਵਮ ਸਚਦੇਵ ਜੀ। ਸ਼ਿਵਮ ਜੀ, ਤੁਸੀਂ ਕਾਲਜ ਸਟੱਡੀ ਕਰਨ ਆਉਂਦੇ ਹੋ ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਤੁਸੀਂ ਸਟੱਡੀ ਦੇ ਨਾਲ ਨਾਲ ਅੱਜ ਇੱਥੇ ਲੰਗਰ ਚੱਲ ਰਿਹਾ, ਉਹਦੀ ਸੇਵਾ 'ਚ ਲੱਗੇ ਹੋਏ ਹੋ, ਤੁਹਾਨੂੰ ਕੀ ਲੱਗਦਾ ਵੀ ਇਹ ਵੀ ਚੀਜ਼ਾਂ ਜ਼ਰੂਰੀ ਨੇ? ਮੈਂ ਆਪਣੀ ਅੰਡਰ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਕੀਤੀ ਹੈ। ਮੈਂ ਉੱਥੇ ਪੜ੍ਹ ਕੇ ਆਇਆ ਪਰ ਮੈਨੂੰ ਉੱਥੇ ਵੀ ਇਹੋ ਜਿਹਾ ਮਾਹੌਲ ਨਹੀਂ ਲੱਗਿਆ ਜੋ ਅੱਜ ਇੱਥੇ ਹੋਇਆ। ਬਾਕੀਆਂ ਲਈ ਤਾਂ ਸਾਰੇ ਕਰਦੇ ਨੇ, ਆਪਣੇ ਲਈ ਕੋਈ ਕੋਈ ਉਹ ਕਰਦਾ, ਆਪਾਂ ਆਪਣੇ ਲਈ ਨਹੀਂ ਕਰਦੇ ਹੈਗੇ, ਆਪਾਂ ਸਾਰਿਆਂ ਲਈ ਇਕੱਠੇ ਆ। ਇਹ ਕਾਲਜ ਦੀ ਰੈਪੂਟੇਸ਼ਨ ਨੂੰ ਵਧਾਉਂਦਾ, ਆਪਾਂ ਸਭ ਨਾਲ ਇਕੱਠੇ ਬੈਠੇ ਹਾਂ, ਇਹ ਟੀਚਰਸ ਦੀ ਰਿਸਪੈਕਟ ਕਰਦੇ ਹਾਂ, ਸਭ ਕੁਝ ਕਰਦੇ ਹਾਂ। ਇੱਥੇ ਆਪਾਂ ਸਾਰੇ ਇਕੱਠੇ ਹੋ ਕੇ ਬੈਠੇ ਹਾਂ ਤਾਂ ਜੁੜੇ ਹੋਏ ਹਾਂ, ਇਹ ਕਾਲਜ ਨੂੰ ਨਾਲ ਜੋੜ ਕੇ ਰੱਖਦਾ ਆਪਣੇ। ਇਹ ਬਹੁਤ ਵਧੀਆ ਗੱਲ ਹੈ, ਇਹ ਹਰ ਕਾਲਜ ਦੇ ਵਿੱਚ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ। ਤੁਹਾਡਾ ਕੀ ਨਾਂ?
ਸਰ ਸਚਿਨ ਗੁਜਰਾਲ ਨਾਮ ਹੈ, ਮੈਂ MSc ਦਾ ਸਟੂਡੈਂਟ ਹਾਂ ਅਤੇ ਮੈਂ ਉਰੋਂ 3 ਸਾਲ ਤੋਂ ਪਹਿਲਾਂ ਪੜ੍ਹਦਾ ਆ ਰਿਹਾ। ਬਹੁਤ ਵਧੀਆ ਲੱਗਦਾ ਕਿ ਉਰੇ ਕਾਲਜ ਦੇ ਵਿੱਚ ਹਰੇਕ ਸਾਲ ਸਾਂਝੀਵਾਲਤਾ ਦਿਵਸ ਮਨਾਇਆ ਜਾਂਦਾ। ਸਾਂਝੀਵਾਲਤਾ ਇਹ ਹਰੇਕ ਧਰਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਦਿਵਸ ਮਨਾਇਆ ਜਾਂਦਾ ਕਿ ਸਾਰੇ ਧਰਮ ਇਕੱਠੇ ਹੋ ਕੇ ਉਰੇ ਗੁਰੂ ਦਾ ਲੰਗਰ ਕਰਦੇ ਨੇ ਅਤੇ ਸਟੂਡੈਂਟ ਬਹੁਤ ਵਧੀਆ ਸਾਥ ਦਿੰਦੇ ਨੇ, ਸਾਰੇ ਟੀਚਰ ਬਹੁਤ ਵਧੀਆ ਸਾਥ ਦਿੰਦੇ ਨੇ। ਸਵੇਰੇ ਆ ਜਾਂਦੇ ਨੇ, 5 ਵਜੇ ਲੰਗਰ ਤਿਆਰ ਹੁੰਦਾ, ਬਹੁਤ ਵਧੀਆ। ਮਤਲਬ ਇਹ ਹਰੇਕ ਕਾਲਜ ਦੇ ਵਿੱਚ ਹੋਣਾ ਚਾਹੀਦਾ, ਇਹ ਬਹੁਤ ਜ਼ਰੂਰੀ ਚੀਜ਼ ਹੈ ਅਤੇ ਆਪਾਂ ਨੂੰ ਸਟੱਡੀ ਦੇ ਨਾਲ ਨਾਲ ਕੁਛ ਹੋਰ ਵੀ ਸਿੱਖਣ ਨੂੰ ਮਿਲਦਾ ਐਕਸਟਰਾ। ਹਾਂ, ਮੇਰੇ ਨਾਲ ਮੌਜੂਦ ਨੇ ਕੁਛ ਸਟੂਡੈਂਟਸ ਜਿਨ੍ਹਾਂ ਨੇ ਕਿ ਅੱਜ ਸਵੇਰ ਤੋਂ ਆ ਕੇ ਇਹ ਲੰਗਰ ਖੁਦ ਤਿਆਰ ਕੀਤਾ। ਕੀ ਨਾਂ ਤੁਹਾਡਾ? ਅਮਨਦੀਪ ਕੌਰ। ਤੁਸੀਂ ਖਾਣਾ ਤਿਆਰ ਕੀਤਾ ਇੱਥੇ, ਰੋਟੀ? ਹਾਂਜੀ, ਇਹ ਸਭ ਕੁਛ ਮਤਲਬ ਸਟੂਡੈਂਟਸ ਦੀ ਤਰਫ ਤੋਂ ਹੀ ਸਾਰਾ ਕੁਛ ਅਰੇਂਜ ਕੀਤਾ ਗਿਆ। ਅੱਛਾ, ਤੁਸੀਂ ਜਿੱਦਾਂ ਘਰ ਵੀ ਖਾਣਾ ਬਣਾਉਂਦੇ ਹੋਵੋਗੇ ਆਪਣਾ, ਹਾਂਜੀ, ਇੱਥੇ ਬਣਾਇਆ, ਕੀ ਫ਼ਰਕ ਲੱਗਿਆ? ਬਹੁਤ ਜ਼ਿਆਦਾ ਫ਼ਰਕ ਲੱਗਿਆ। ਮਤਲਬ ਜਿਸ ਭਾਵਨਾ ਨਾਲ ਅਸੀਂ ਆਪਣਾ ਖਾਣਾ ਮਤਲਬ ਬਣਾਉਂਦੇ ਹਾਂ, ਜਿਸ ਭਾਵਨਾ ਨੂੰ ਲੈ ਕੇ, ਉਹ ਭਾਵਨਾ ਦੂਜਿਆਂ ਤੱਕ ਪਹੁੰਚਦੀ ਹੈ। ਜਿਵੇਂ ਕਿ ਅਸੀਂ ਆਪਣੇ ਵਧੀਆ ਭਾਵਾਂ ਚੰਗੇ ਵਿਚਾਰਾਂ ਨਾਲ ਮਤਲਬ ਬਣਾਉਂਦੇ ਹਾਂ, ਅਸੀਂ ਸੋਚ ਕੇ ਵੀ ਹਾਂ ਅਸੀਂ ਸਭ ਲਈ ਬਣਾ ਰਹੇ ਹਾਂ, ਸੇਵਾ ਕਰ ਰਹੇ ਹਾਂ ਫਸਟ ਆਫ ਆਲ, ਤਾਂ ਉਹੀ ਪ੍ਰਭਾਵ ਮਤਲਬ ਦੂਜਿਆਂ 'ਤੇ ਪੈਂਦਾ। ਇਹੀ ਬਹੁਤ ਮਤਲਬ ਵਧੀਆ ਸੋਚ ਕੇ ਮਤਲਬ ਸਾਨੂੰ ਬਣਾਉਣਾ ਚਾਹੀਦਾ। ਤੁਹਾਡਾ ਕੀ ਨਾਮ? ਮੇਰਾ ਨਾਮ ਅਮਨਪ੍ਰੀਤ ਕੌਰ ਹੈ। ਅੱਛਾ, ਤੁਸੀਂ ਕੀ ਸਮਝਦੇ ਹੋ ਵੀ ਜਿੱਦਾਂ ਤੁਸੀਂ ਪੜ੍ਹਨਾ ਆਉਂਦੇ ਕਾਲਜ 'ਚ ਵੈਸੇ, ਹਾਂਜੀ, ਅੱਜ ਜਿੱਦਾਂ ਇਹ ਐਕਟੀਵਿਟੀ ਕੀਤੀ ਗਈ ਸਾਂਝੀਵਾਲਤਾ ਦੀ, ਹਾਂਜੀ, ਇਹ ਚੀਜ਼ਾਂ ਵੀ ਕਿਉਂ ਜ਼ਰੂਰੀ ਨੇ? ਦੇਖੋ, ਅਸੀਂ ਕਾਲਜ ਦੇ ਵਿੱਚ ਆਉਂਦੇ ਹਾਂ, ਸਿਰਫ ਅਸੀਂ ਇੱਥੇ ਪੜ੍ਹਨ ਹੀ ਨਹੀਂ ਆਉਂਦੇ, ਹੋਰ ਵੀ ਕਾਫੀ ਗੱਲਾਂ ਸਿੱਖਣ ਆਉਂਦੇ ਹਾਂ, ਤਾਂ ਮੈਨੂੰ ਲੱਗਦਾ ਕਿ ਇਹ ਜੋ ਪ੍ਰੋਗਰਾਮ ਹੋਣੇ ਚਾਹੀਦੇ ਨੇ ਤਾਂ ਕਿ ਸਟੂਡੈਂਟਸ ਨੂੰ ਪਤਾ ਚੱਲਦਾ ਕਿ ਅਸੀਂ ਕਿਸ ਤਰ੍ਹਾਂ ਇਕੁਅਲ ਹੋ ਕੇ ਰਹਿਣਾ। ਔਰ ਵੈਸੇ ਵੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਇਹੀ ਸੀ ਕਿ ਅਸੀਂ ਕਿਸ ਤਰ੍ਹਾਂ ਇਕੱਠੇ ਹੋ ਕੇ ਮਿਲ ਜੁਲ ਕੇ ਸੰਸਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ। ਸੋ ਐਵੇਂ ਦੇ ਹੋਣਾ ਚਾਹੀਦਾ। ਔਰ ਮੈਂ ਥੈਂਕਫੁਲ ਹਾਂ ਪ੍ਰਿੰਸੀਪਲ ਸਰ ਦਾ ਕਿ ਉਹਨਾਂ ਨੇ ਬਹੁਤ ਅੱਛਾ ਉਹ ਹਰੇਕ ਸਾਲ ਸਾਡੇ ਕਾਲਜ ਵਿੱਚ ਕਰਵਾਉਂਦੇ ਨੇ, ਔਰ ਅਸੀਂ ਸਟੂਡੈਂਟਸ ਬਹੁਤ ਰਲ ਮਿਲ ਕੇ ਇੰਜੋਏ ਕਰਦੇ ਹਾਂ, ਔਰ ਬਹੁਤ ਵਧੀਆ ਇੱਕ ਪਿਆਰ ਭਰਿਆ ਸੰਦੇਸ਼ ਸਭ ਨੂੰ ਸਾਰੇ ਵੰਡਦੇ ਹਾਂ।